ਭਗਤ ਸੂਰਮਾ ਦਾਨ ਦੇ ਕਰਨ ਵਾਲਾ ਐਸਾ ਲਾਲ ਮਾਤਾ ਪੈਦਾ ਕਰੇ ਕੋਈ ਕੋਈ ਹਰ ਕੋਈ ਆਪਣੀ ਭਾਂਡੇ ਠਾਮਦਾ ਏ ਭੰਡ ਕਿਸੇ ਦੀ ਸੀਸ ਤੇ ਤਰੇ ਕੋਈ ਕੋਈ ਉਹ ਮਿੱਠਾ ਬੋਲਣੇ ਤੇ ਜੱਗ ਖੁਸ਼ੀ ਹੋਵੇ ਕੌੜਾ ਬੋਲਿਆ ਕਿਸੇ ਦਾ ਜਰੇ ਕੋਈ ਕੋਈ ਉਹ ਮਰਦੀ ਆਪਣੇ ਕੰਮਾਂ ਲਈ ਕੁੱਲ ਦੁਨੀਆ ਖਾਤਰ ਦੇਸ਼ ਦੀ ਸੂਰਮਾ ਮਰੇ ਕੋਈ ਕੋਈ ਖਾਤਰ ਦੇਸ਼ ਦੀ ਸੂਰਮਾ ਮਰੇ ਕੋਈ ਕੋਈ ਜੀਮ ਜ਼ਿੰਦਗੀ ਹੈ ਮਰਦ ਸੂਰਮਿਆਂ ਦੀ ਜਿਹੜੇ ਕੀਤੇ ਹੋਏ ਕੌਲ ਪਗਾ ਜਾਂਦੇ ਉਹ ਦੁਨੀਆ ਪੂਜਦੀ ਹੈ ਉਹਨਾਂ ਪੌਰਿਆਂ ਨੂੰ ਜਿਹੜੇ ਸਮਾਂ ਤੇ ਬਦਨ ਜਲਾ ਜਾਂਦੇ ਉਹ ਕਰਨੀ ਪੈਂਦੀ ਹੈ ਕਦਰ ਫਰਿਸ਼ਤਿਆਂ ਨੂੰ ਜਿਹੜੇ ਮਰਦ ਸ਼ਹਾਦਤਾਂ ਪਾ ਜਾਂਦੇ ਉਹ ਅਸਲ ਜ਼ਿੰਦਗੀ ਹੈ ਵੀਰ ਬਹਾਦਰਾਂ ਦੀ ਬਹੁਤੇ ਜਨਮ ਲੈ ਕੇ ਧੱਕੇ ਖਾ ਜਾਂਦੇ ਬਹੁਤੇ ਜਨਮ ਲੈ ਕੇ ਧੱਕੇ ਖਾ ਜਾਂਦੇ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ ਬਰਗਾੜੀ ਇਨਸਾਫ ਮੋਰਚੇ ਦੇ ਵਿੱਚ 35ਵੇਂ ਦਿਨ ਦੀ ਹਾਜ਼ਰੀ ਭਰ ਰਹੇ ਸਤਸੰਗੀ ਜਨੋ ਕਲੰਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਗੁਰਫਤਿਹ ਦੀ ਸਾਂਝ ਪਾਈਏ ਰੋਡਿਆਂ ਵਾਲੇ ਕਵੀ ਸ਼੍ਰੀ ਜਥੇ ਨੂੰ ਬੋਲਣ ਦੀ ਪ੍ਰਵਾਨਗੀ ਤੇ ਅਸੀਸ ਬਖਸ਼ਿਸ਼ ਕਰੋ ਸਾਰੀ ਸੰਗਤ ਉਚਾਰਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਬੜਾ ਸੀਮਿਤ ਹੈ ਤੇ ਸਮਾਂ ਕਦਰ ਕਰਨ ਵਾਲਾ ਹੈ ਤੇ ਸਮੇਂ ਦੀ ਕਦਰ ਕਰਨੀ ਸਾਡਾ ਪ੍ਰਚਾਰਕਾਂ ਦਾ ਫਰਜ਼ ਵੀ ਬਣਦਾ ਹੈ ਸੋ ਆਓ ਇਤਿਹਾਸ ਵਿੱਚੋਂ ਕੁਝ ਕਹਿਣ ਤੋਂ ਪਹਿਲਾਂ ਸਤਿਕਾਰਯੋਗ ਬਾਬਾ ਹਰਮੇਲ ਸਿੰਘ ਜੀ ਡਾਲੇ ਵਾਲੇ ਜਿਹੜੇ ਅੱਜ ਉੱਥੋਂ ਜਥਾ ਲੈ ਕੇ ਇਸ ਬਰਗਾੜੀ ਇਨਸਾਫ ਮੋਰਚੇ ਦੇ ਵਿੱਚ ਸਿੰਘ ਸਾਹਿਬਾਨਾਂ ਨੂੰ ਸਮਰਥਨ ਦੇਣ ਵਾਸਤੇ ਸਾਰੀ ਸੰਗਤ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਆ ਉਹਨਾਂ ਵੱਲੋਂ ਰੋਡਿਆਂ ਵਾਲੇ ਜਥੇ ਨੂੰ ਬੇਅੰਤ ਪਿਆਰ ਭੇਜਿਆ ਗਿਆ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆਓ 15 ਕੁ ਮਿੰਟ ਦਾ ਸਮਾਂ ਮਿਲਿਆ ਮੇਰੇ ਵੀਰ ਭਾਈ ਜਗਦੀਪ ਸਿੰਘ ਹੋਰਾਂ ਵੱਲੋਂ 2 ਕਵਿਤਾ ਕਹਿਣ ਦਾ ਪਰ ਮੇਰਾ ਚਿੱਤ ਕਰਦਾ ਵੀ ਕਵਿਤਾ ਮੈਂ ਇੱਕ ਹੀ ਤੁਹਾਡੇ ਨਾਲ ਸਾਂਝੀ ਕਰਾਂ ਕਿਉਂਕਿ ਪ੍ਰਚਾਰਕ ਬੁਲਾਰੇ ਬਹੁਤ ਬੈਠੇ ਆ ਮਹਿਸੂਸ ਨਾ ਹੋਵੇ ਕਿਸੇ ਨੂੰ ਵੀ ਬਾਈ ਨਾਲ ਪਿਆਰ ਕਰਕੇ ਖਣੀ ਉਹਨੇ ਟਾਈਮ ਵੱਧ ਦਿੱਤਾ ਤੇ ਖਣੀ ਧੱਕੇ ਨਾਲ ਵੱਧ ਟਾਈਮ ਲਾ ਗਈ ਸੋ ਆਓ ਰੋਡਿਆਂ ਵਾਲੇ ਜਥੇ ਦਾ ਪਿਆਰ ਪਾ ਲਿਓ ਇਹ ਅਸੂਲ ਹੈ ਜੇ 7 ਮਿੰਟ ਮਿਲੇ ਆ ਤਾਂ 5 ਲਾਈ ਦੇ ਆ ਜੇ 15 ਮਿਲੇ ਆ ਤਾਂ 13 ਮਿੰਟ ਲਾਵਾਂਗੇ ਮੈਂ ਬਹੁਤਾ ਵਿਸਥਾਰ ਵਿੱਚ ਨਾ ਜਾਂਦਾ ਹੋਇਆ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਬਾਬਾ ਏ ਕੌਮ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਸੂਰਬੀਰ ਬਹਾਦਰ ਮਰਦ ਦੀ ਗੱਲ ਕਰਕੇ ਸਮੇਂ ਦੇ ਵਿੱਚ ਰਹਿੰਦਿਆਂ ਖਿਮਾ ਦੇ ਚਾਚਕ ਹੋ ਜਾਣਾ ਸੰਸਾਰ ਦੇ ਉੱਤੇ ਦੁਨੀਆਂ ਦੇ ਉੱਤੇ ਉਹ ਕੌਮਾਂ ਜਿਉਂਦੀਆਂ ਰਹਿੰਦੀਆਂ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਚੇਤੇ ਰੱਖਦੀਆਂ ਤੇ ਸੰਭਾਲ ਕੇ ਰੱਖਦੀਆਂ ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ ਕਿਸੇ ਤਾਕਤ ਤਲਵਾਰ ਨੂੰ ਮੁੱਖ ਮੰਨਿਆ ਕਿਸੇ ਫਲਸਫੇ ਦੱਸੇ ਰੂਹਾਨੀਆਂ ਦੇ ਊਂ ਤਾਂ ਸਾਰੀਆਂ ਹੀ ਗੱਲਾਂ ਚੰਗੀਆਂ ਨੇ ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ ਐ ਪਰ ਤੱਤ ਸਿਆਣਿਆਂ ਕੱਢਿਆ ਜੇ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ
ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਕੁਰਬਾਨੀ ਦਿੱਤੀ, ਸ਼ਹਾਦਤ ਦਿੱਤੀ, ਸਿੱਖ ਕੌਮ ਦੇ ਮਸਲਿਆਂ ਦੀ ਤੇ ਹੱਕਾਂ ਦੀ ਗੱਲ ਕੀਤੀ। ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਲੱਗਿਆ ਪਿਆਰ ਵਾਲਿਓ, ਆਨੰਦਪੁਰ ਸਾਹਿਬ ਦਾ ਮੋਰਚਾ ਲਾਇਆ ਗਿਆ ਉਸ ਸਮੇਂ ਮਤੇ ਦੇ ਨਾਂ ਤੇ, ਉਹਦੀਆਂ ਮੰਗਾਂ ਕੀ ਸੀ, ਉਹਦੇ ਵਿੱਚ ਆਵਾਜ਼ ਕੀ ਉਠਾਈ ਗਈ, ਸਾਡੇ ਹੱਕ ਕਿਹੜੇ ਕਿਹੜੇ ਉਹਦੇ ਵਿੱਚ ਬਿਆਨ ਕੀਤੇ ਗਏ, ਪੰਜਾਬ ਦੇ ਪਾਣੀਆਂ ਦੀ ਗੱਲ, ਪੰਜਾਬ ਦੇ ਕਿਸਾਨੀ ਦੀ ਗੱਲ, ਔਰ ਗੁਰੂ ਕੇ ਸਿੱਖਾਂ ਦੇ ਨਾਲ ਹੋ ਰਹੀ ਬੇਇਨਸਾਫੀ ਦੀ ਗੱਲ, ਤੇ ਜਿਹੜੇ ਹੋਰ ਮਸਲੇ ਸੀ ਉਹ ਆਨੰਦਪੁਰ ਸਾਹਿਬ ਦੇ ਮਤੇ ਨੂੰ ਤੁਹਾਡੇ ਸਾਹਮਣੇ ਰੋਡਿਆਂ ਵਾਲਾ ਕਵਿਸ਼ਰੀ ਜਥਾ ਰੱਖਣ ਲੱਗਾ ਹੈ। ਇਤਿਹਾਸ ਦੀ ਕਦਰ ਕਰਦਿਆਂ ਪੰਥ ਦੇ ਸਰਮੌਰ ਢਾਡੀ ਬਾਈ ਹਰਦੇਵ ਸਿੰਘ ਜੀ ਭੱਟੀ ਚੌਧਰੀ ਵਾਲੇ ਤੋਂ ਆਪਣੇ ਵੀਰਾਂ ਨੂੰ ਮਾਣ ਭੇਜ ਰਹੇ ਆ। ਬਾਈ ਬਲਵਿੰਦਰ ਸਿੰਘ ਜੀ ਭਗਤਾ ਸਾਹਿਬ ਪੰਥ ਦੇ ਮਹਾਨ ਢਾਡੀ, ਉਹਨਾਂ ਵੱਲੋਂ ਪਿਆਰ ਭੇਜਿਆ ਗਿਆ, ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਭਿੰਡਰਾਂ ਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਦੀ ਪਾਈ ਪਿਰਤ ਨੂੰ ਯਾਦ ਕਰਦੇ ਆ। ਅੱਜ ਪੰਥ ਦੇ ਸਰਮੌਰ ਤੇ ਖਾਲਸਾ ਪੰਥ ਦੇ ਥਾਪੇ ਜਥੇਦਾਰ ਸਿੰਘ ਸਾਹਿਬਾਨ ਭਾਈ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ, ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਜਨਾਲਾ ਜੀ, ਸਤਿਕਾਰਯੋਗ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ, ਇਸ ਅਸਥਾਨ ਤੇ 1 ਜੂਨ ਤੋਂ ਪਿਆਰ ਵਾਲੇ ਲੋਕਾਈ ਦੇ ਸਹਿਯੋਗ ਦੁਆਰਾ ਇਨਸਾਫ ਦੀ ਮੰਗ ਲੈ ਕੇ, ਇਨਸਾਫ ਮੋਰਚੇ ਦਾ ਨਾਂ ਰੱਖ ਕੇ ਇੱਥੇ ਧਰਨਾ ਲਾ ਕੇ ਬੈਠੇ ਹੋਏ ਆ। ਤੇ ਪੂਰੀ ਦੁਨੀਆਂ ਦੇ ਵਿੱਚੋਂ ਹਰ ਪੰਥ ਧਰਮ ਦੇ ਨਾਲ ਸੰਬੰਧ ਰੱਖਣ ਵਾਲੀਆਂ ਸੰਪਰਦਾਵਾਂ ਵੱਲੋਂ ਬੇਅੰਤ ਮਾਣ ਦਿੱਤਾ ਜਾ ਰਿਹਾ, ਸਹਿਯੋਗ ਦਿੱਤਾ ਜਾ ਰਿਹਾ, ਸਾਥ ਦਿੱਤਾ ਜਾ ਰਿਹਾ, ਸਾਰਿਆਂ ਦਾ ਸਹਿ ਦਿਲੋਂ ਧੰਨਵਾਦ ਕਰਦੇ ਹਾਂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਅੱਜ ਐਵੇਂ ਨਹੀਂ ਦੁਨੀਆਂ ਚੇਤੇ ਕਰਦੀ, ਜੋ ਬਚਨ ਕਿਹਾ ਉਹਦੇ ਤੇ ਪਹਿਰਾ ਦਿੱਤਾ, ਤੇਰੀ ਆਵਾਜ਼ 'ਚ ਦਰਦ ਪਿਆਰ ਇੰਨਾ ਤਾਂ ਹੀ ਦੁਨੀਆਂ ਦੇ ਦਿਲਾਂ ਤੇ ਛਾ ਗਿਆ ਤੂੰ, ਭਿੰਡਰਾਂ ਵਾਲਿਆ ਐਵੇਂ ਨਹੀਂ ਦੁਨੀਆਂ ਚੇਤੇ ਕਰਦੀ, ਜਿਹੜਾ ਕਰ ਗਿਆ ਬਚਨ ਭਗਾ ਗਿਆ ਤੂੰ, ਪਤਾ ਨਹੀਂ ਕਿੰਨੀ ਕੁ ਤਾਕਤ ਸੀ ਵਿੱਚ ਤੇਰੇ ਤੇ, ਟੱਕਰ ਸਿੱਧੀ ਦਿੱਲੀ ਨਾਲ ਲਾ ਗਿਆ ਤੂੰ, ਭਿੰਡਰਾਂ ਵਾਲਿਆ ਜੀਵਨ ਬਲਿਹਾਰ ਤੇ ਇੱਥੋਂ ਤੇ ਹਜ਼ਾਰਾਂ ਲੱਖਾਂ ਨੂੰ ਸਿੰਘ ਸਜਾ ਗਿਆ ਤੂੰ। ਸੰਤ ਫਕੀਰ ਯੋਧੇ ਤਾਂ ਬਹੁਤ ਸੁਣੇ ਦੇਖੇ, ਸਾਰੇ ਗੁਣਾਂ ਦਾ ਧਾਰਨੀ ਜਰਨੈਲ ਸਿੰਘ ਸੀ ਉਹ, ਬਚਪਨ ਵਿੱਚ ਬਾਣੀ ਬਾਣੇ ਨਾਲ ਜੁੜਿਆ, ਸੋਹਣਾ ਸੁਨੱਖਾ ਫਰਤੀਲਾ ਨਿਹੰਗ ਸੀ ਉਹ, ਦਮ ਦਮੀ ਟਕਸਾਲ ਦਾ ਮੁਖੀ ਬਣਿਆ ਤੇ ਜੋਧਾ ਜਨਮਿਆ ਰੋਡੇ ਪਿੰਡ ਸੀ ਉਹ, ਸਾਰੀ ਦੁਨੀਆਂ ਦੇ ਜੀਵਨ ਦਿਲਾਂ ਤੇ ਰਾਜ ਕਰਦਾ ਤੇ ਜਾਨ ਬਾਹਰ ਪਗਾ ਗਿਆ ਹਿੰਡ ਸੀ ਉਹ, ਇੱਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ। ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਜਿਵੇਂ ਘਾਟ ਰੜਕ ਰਹੀ ਹੈ, ਅੱਜ ਇਕੱਠੀਆਂ ਹੋਈਆਂ ਕੌਮਾਂ ਪਿਆਰ ਵਾਲਿਓ, ਅੱਜ ਇਕੱਠੇ ਹੋਏ ਜਰੇਦਾਰ ਵਾਸਤਾ ਪਾ ਪਾ ਕੇ ਉਸ ਬਾਬੇ ਜਰਨੈਲ ਸਿੰਘ ਦਾ ਕੌਮ ਨੂੰ ਇਕੱਤਰ ਕਰ ਰਹੇ ਆ। ਆਓ ਕੇਸਰੀ ਝੰਡੇ ਥੱਲੇ ਇਕੱਠੇ ਹੋਈਏ, ਸਿੱਖ ਕੌਮ ਲਈ ਲੜਨ ਵਾਲਿਓ ਕਿੱਥੇ ਬਹਿ ਗਏ ਹੋ ਜਾ ਕੇ, ਇੱਕ ਭਿੰਡਰਾਂ ਵਾਲੇ ਜਰਨੈਲ ਨੂੰ ਆਵਾਜ਼। ਰੋਡਿਆਂ ਵਾਲਾ ਕਵਿਸ਼ਰੀ ਜਥਾ, ਮੇਰੇ ਸਾਥੀ ਭਾਈ ਕੁਲਵਿੰਦਰ ਸਿੰਘ ਦਵਾਨਾ, ਸਾਥੀ ਭਾਈ ਸਵਰਨ ਸਿੰਘ ਰੋਡੇ, ਦਾਸ ਜਗਜੀਵਨ ਸਿੰਘ ਜੀਵਨ, ਰੋਡਿਆਂ ਵਾਲਿਆਂ ਦਾ ਨਿਮਾਣਾ ਜਾ ਕਵਿਸ਼ਰੀ ਜਥਾ ਕਵਤਾਰੇ, ਬੇਨਤੀ ਦੇਖਾ ਭਲਾ ਇਹ ਕਿਉਂ ਕਰ ਰਹੇ ਹੋ। ਧੰਨ ਸੰਤ ਖਾਲਸਾ ਜੀ, ਫਕਰੇ ਕੌਮ ਰੋਡਿਆਂ ਵਾਲੇ, ਜਿੰਨਾ ਹੱਕੀ ਮੰਗਾਂ ਲਈ ਮੋਰਚੇ ਧਰਮ ਜੁੱਦਾਂ ਦੇ ਲਾਲੇ, ਜਿੰਨਾ ਹੱਕੀ ਮੰਗਾਂ ਲਈ ਮੋਰਚੇ ਧਰਮ ਜੁੱਦਾਂ ਦੇ ਲਾਲੇ, ਡਰੇ ਲੀਡਰ ਸਿੱਖਾਂ ਦੇ ਕਈਆਂ ਨੂੰ ਕਈਆਂ ਲੱਗ ਮਰੋੜਾ, ਸੰਤ ਜਰਨੈਲ ਸਿਆ ਤੇਰੀਆਂ ਅੱਜ ਪੰਥ ਨੂੰ ਲੋੜਾ, ਸੰਤ ਜਰਨੈਲ ਸਿਆ ਤੇਰੀਆਂ ਅੱਜ ਪੰਥ ਨੂੰ ਲੋੜਾ, ਸਿੱਖ ਕੌਮ ਚ ਜਾਰੂਆਂ ਦੀ ਦਿੱਲੀ ਖਤਮ ਕਰਾਉਣੀ ਚਾਵੇ, ਹੋ ਸੱਜੇ ਖੱਬੇ ਦੀ ਇਹਨਾਂ ਦੀ ਪੱਗ ਨੂੰ ਹੱਥ ਨਾ ਪਾਵੇ, ਹੋ ਖੱਬੇ ਸੱਜੇ ਦੀ ਇਹਨਾਂ ਦੀ ਪੱਗ ਨੂੰ ਹੱਥ ਨਾ ਪਾਵੇ, ਨਹੀਂ ਘੋੜ ਦਿਲੋਂ ਕੱਢ ਦੇ ਕਰ ਕਰ ਦੇਖੇ ਯਤਨ ਕਰੋੜਾ, ਬਾਬਾ ਜਰਨੈਲ ਸਿਆ
ਅੱਜ ਪੰਥ ਨੂੰ ਲੋੜਾਂ ਓ ਜਿੰਨਾ ਦੇਸ਼ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰੀਆਂ ਚੁੰਮੇ ਰੱਸੇ ਫਾਂਸੀਆਂ ਨੇ ਕਾਲੇ ਪਾਣੀ ਜੇਲਾਂ ਭਰੀਆਂ ਚੁੰਮੇ ਰੱਸੇ ਫਾਂਸੀਆਂ ਨੇ ਕਾਲੇ ਪਾਣੀ ਜੇਲਾਂ ਭਰੀਆਂ ਦਿੱਲੀ ਦਿਲ ਕਾਲੀ ਨੇ ਕਰੀਆਂ ਇਹਨਾਂ ਨਾਲ ਕਰੋੜਾਂ ਬਾਬਾ ਜਰਨੈਲ ਸਿਆ ਤੇਰੀਆਂ ਅੱਜ ਪੰਥ ਨੂੰ ਲੋੜਾਂ ਸੰਤ ਜਰਨੈਲ ਸਿਆ ਤੇਰੀਆਂ ਅੱਜ ਪੰਥ ਨੂੰ ਲੋੜਾਂ ਓਏ ਨਾ ਮੰਨੂ ਵਾਦੀਆਂ ਨੇ ਇਹ ਨਾ ਮੰਨੂ ਵਾਦੀਆਂ ਨੇ ਦੰਗੇ ਥਾਂ ਥਾਂ ਤੇ ਕਰਵਾਏ ਮੁਸਲਮ ਬੇਕਰ ਕਰਦੇ ਲੱਖਾਂ ਸਿੱਖ ਇਹਨਾਂ ਮਰਵਾਏ ਮੁਸਲਮ ਬੇਕਰ ਕਰਦੇ ਲੱਖਾਂ ਸਿੱਖ ਇਹਨਾਂ ਮਰਵਾਏ ਨਫ਼ਰਤ ਦੇ ਆਰਿਆ ਨੇ ਚੀਰਾ ਪ੍ਰੇਮ ਬਿਰਸ਼ ਦੇ ਪੋੜਾ ਬਾਬਾ ਜਰਨੈਲ ਸਿਆ ਤੇਰੀਆਂ ਅੱਜ ਪੰਥ ਨੂੰ ਲੋੜਾਂ ਸੰਤ ਜਰਨੈਲ ਸਿਆ ਤੇਰੀਆਂ ਅੱਜ ਪੰਥ ਨੂੰ ਲੋੜਾਂ ਹੈ ਪੱਛਮੀ ਸਭਤਾ ਨੇ ਸਾਡਾ ਸੱਭਿਆਚਾਰ ਦਬਾਤਾ ਕੁੜੀਆਂ ਮਟਿਆਰਾਂ ਨੂੰ ਕਰ ਅੱਧ ਨੰਗੀਆਂ ਨੱਚਣ ਲਾਤਾ ਕੁੜੀਆਂ ਮਟਿਆਰਾਂ ਨੂੰ ਕਰ ਅੱਧ ਨੰਗੀਆਂ ਨੱਚਣ ਲਾਤਾ ਸਭ ਮੁੰਡੇ ਕੁੜੀਆਂ ਨੂੰ ਦਿੱਤੀਆਂ ਲਾ ਫੈਸ਼ਨ ਦੀਆਂ ਹੋੜਾਂ ਬਾਬਾ ਜਰਨੈਲ ਸਿਆ ਤੇਰੀਆਂ ਅੱਜ ਪੰਥ ਨੂੰ ਲੋੜਾਂ ਬਾਬਾ ਜਰਨੈਲ ਸਿਆ ਤੇਰੀਆਂ ਅੱਜ ਪੰਥ ਨੂੰ ਲੋੜਾਂ ਓ ਪਹਿਲਾਂ ਜੰਮਦੀਆਂ ਬੱਚੀਆਂ ਨੂੰ ਸੁਣਿਆ ਲੋਕ ਮਾਰ ਸੀ ਦਿੰਦੇ ਹੁਣ ਪਹਿਲਾਂ ਜੰਮਣ ਤੋਂ ਕੁੱਖ ਵਿੱਚ ਮਾਰਨ ਲੋਕ ਦਰਿੰਦੇ ਹੁਣ ਪਹਿਲਾਂ ਜੰਮਣ ਤੋਂ ਕੁੱਖ ਵਿੱਚ ਮਾਰਨ ਲੋਕ ਦਰਿੰਦੇ ਭੁੱਖ ਮਰੀ ਬੇਕਾਰੀ ਹੈ ਫਿਰਦੀ ਕਦਮ ਕਦਮ ਤੇ ਮੋੜਾਂ ਬਾਬਾ ਜਰਨੈਲ ਸਿਆ ਤੇਰੀਆਂ ਅੱਜ ਪੰਥ ਨੂੰ ਲੋੜਾਂ ਸੰਤ ਜਰਨੈਲ ਸਿਆ ਤੇਰੀਆਂ ਅੱਜ ਪੰਥ ਨੂੰ ਲੋੜਾਂ ਓ ਕਿਰਤੀ ਕਰਸਾਨਾਂ ਦਾ ਇੱਥੇ ਨਹੀਂ ਕੋਈ ਦੀਂਦਾ ਦਰਦੀ ਇੱਥੋਂ ਦੀ ਤੰਗ ਜਨਤਾ ਆਏ ਦਿਨ ਖੁਦਕੁਸ਼ੀਆਂ ਕਰਦੀ ਇੱਥੋਂ ਦੀ ਤੰਗ ਜਨਤਾ ਆਏ ਦਿਨ ਖੁਦਕੁਸ਼ੀਆਂ ਕਰਦੀ ਬੰਦ ਮਿਲਾਂ ਫੈਕਟਰੀਆਂ ਕਰੀਆਂ ਬੰਦ 10 ਵਜ ਦੀਆਂ ਥੋੜਾਂ ਸੰਤ ਜਰਨੈਲ ਸਿਆ ਤੇਰੀਆਂ ਅੱਜ ਪੰਥ ਨੂੰ ਲੋੜਾਂ ਬਾਬਾ ਜਰਨੈਲ ਸਿਆ ਤੇਰੀਆਂ ਅੱਜ ਪੰਥ ਨੂੰ ਲੋੜਾਂ ਓ ਪੰਜਾਬ ਨੂੰ ਮਿਲਿਆ ਨਾ ਪੰਜਾਬ ਨੂੰ ਮਿਲਿਆ ਨਾ ਚੰਡੀਗੜ੍ਹ ਨਾ ਇਹਦਾ ਪਾਣੀ ਪੰਜਾਬੀ ਬੋਲਦਿਆਂ ਪਿੰਡਾਂ ਦੀ ਤਾਂ ਦੂਰ ਕਹਾਣੀ ਪੰਜਾਬੀ ਬੋਲਦਿਆਂ ਪਿੰਡਾਂ ਦੀ ਤਾਂ ਦੂਰ ਕਹਾਣੀ ਮਹਿਲ ਲੀਡਰਾਂ ਦੇ ਰਿਸ਼ਵਤ ਰੱਜ ਗਈ ਹੈ ਵਿੱਚ ਜੋੜਾਂ ਬਾਬਾ ਜਰਨੈਲ ਸਿਆ ਤੇਰੀਆਂ ਅੱਜ ਪੰਥ ਨੂੰ ਲੋੜਾਂ ਬਾਬਾ ਜਰਨੈਲ ਸਿਆ ਤੇਰੀਆਂ ਅੱਜ ਪੰਥ ਨੂੰ ਲੋੜਾਂ ਜੱਗ ਤੇ ਸਫਲ ਹੁੰਦਾ ਜਿਹੜੇ ਆ ਕੇ ਕਿਸੇ ਦਾ ਕੁਝ ਸਵਾਰ ਜਾਂਦੇ ਦੁਨੀਆ ਮਰਦੀ ਮਾਰਦੀ ਪੈਸੇ ਖਾਤਰ
ਪਰ ਸੰਤ ਅੰਦਰੋਂ ਵਕਾਰਾਂ ਨੂੰ ਮਾਰ ਜਾਂਦੇ। ਭਵ ਸਾਗਰ ਨੂੰ ਤਰਨਾ ਬਹੁਤ ਔਖਾ ਦੇ ਕੇ ਜੁਗਤੀ ਸੰਤ ਨੇ ਤਾਰ ਜਾਂਦੇ। ਆਪ ਸ਼ਾਂਤੀ ਦੇ ਜੀਵਨ ਹੋਣ ਸੋਮੇ ਤੇ ਤਪਦੇ ਦਿਲਾਂ ਨੂੰ ਸੰਤ ਨੇ ਠਾਰ ਜਾਂਦੇ। ਮਹਾਂਪੁਰਖਾਂ ਨੂੰ ਅੱਜ ਵੀ ਦੁਨੀਆ ਓਨਾ ਹੀ ਪਿਆਰ ਤੇ ਸਨਮਾਨ ਸਤਿਕਾਰ ਦੇ ਰਹੀ ਹੈ ਜਿੰਨਾ ਉਦੋਂ ਮਿਲ ਰਿਹਾ ਸੀ, ਪਰ ਘਾਟ ਹਮੇਸ਼ਾ ਰੜਕਦੀ ਰਹੇਗੀ, ਸਮਾਂ ਵਧਣਾ ਲੱਗ ਜਾਵੇ। ਸਾਰੀਆਂ ਸੰਗਤਾਂ ਦਾ, ਪੰਥ ਦੇ ਸਰਮੌਰ ਸਤਿਕਾਰਯੋਗ ਜਥੇਦਾਰ ਸਾਹਿਬਾਨਾਂ ਦਾ, ਜਿਹੜੇ ਅੱਜ ਸਮੇਂ ਦੇ ਉੱਤੇ ਮੰਗ ਸੀ ਸਮੇਂ ਦੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਈ ਬੇਅਦਬੀ ਦੇ ਸੰਬੰਧ ਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ, ਤੇ ਔਰ ਉਹਨਾਂ ਨੂੰ ਜਿਹੜੇ ਸਿੰਘ ਆਪਣੀਆਂ ਬਣਦੀਆਂ ਸਜ਼ਾਵਾਂ ਭੁਗਤ ਚੁੱਕੇ ਆ ਉਹਨਾਂ ਦੀ ਰਿਹਾਈ ਵਾਸਤੇ ਇੱਥੇ ਮੋਰਚਾ ਲਾ ਕੇ ਬੈਠੇ ਹੋਏ ਆ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਮੋਰਚੇ ਦੀ ਸਫਲਤਾ ਹੋਵੇ ਤੇ ਸਾਰੀਆਂ ਸੰਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੋਵੇ। ਇੰਨਾ ਕੁਝ ਕਹਿੰਦੇ ਹੋਏ ਰੋਡਿਆਂ ਵਾਲਾ ਕਵੀ ਸ਼੍ਰੀ ਜਥਾ ਆਪਣੇ ਸਮੇਂ ਦੇ ਵਿੱਚ ਖਿਮਾ ਦੇ ਜਾ ਚੱਕ ਫਤਿਹ ਬੁਲਾਉਂਦੇ ਆ। ਫਤਿਹ ਪ੍ਰਵਾਨ ਹੋਵੇ, ਅਗਲਾ ਪ੍ਰੋਗਰਾਮ ਸਕੱਤਰ ਸਾਹਿਬ ਤੋਂ ਸਰਵਣ ਕਰੋ। ਬਹੁਤ ਪੰਥ ਦੇ ਸਰਮੌਰ ਢਾਡੀ ਪ੍ਰਚਾਰਕ ਬੈਠੇ, ਉਹਨਾਂ ਦੇ ਅਣਮੁੱਲੇ ਵਿਚਾਰ ਸੁਣੀਏ। ਸਾਰੀ ਸੰਗਤ ਅਸੀਸ ਦਿਓ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।